ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਅੱਛਾ ਲੱਗ ਰਿਹਾ, ਬੜੀ ਖੁਸ਼ੀ ਹੋ ਰਹੀ ਹੈ ਜੋ ਆਪ ਜੀ ਇਸ ਤਰ੍ਹਾਂ ਸਜ ਕੇ ਬੈਠੇ ਹੋ। ਸੰਤ ਬਾਬਾ ਸੁੱਚਾ ਸਿੰਘ ਜੀ ਜਿਨ੍ਹਾਂ ਦੇ ਨਾਮ 'ਤੇ ਇਸ ਅਕੈਡਮੀ ਸੁਰ ਅਭਿਆਸ ਕੇਂਦਰ ਦਾ ਨਾਮਕਰਣ ਕੀਤਾ ਗਿਆ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਕੋਲ, ਜ਼ਿਲ੍ਹਾ ਤਾਂ ਅੰਮ੍ਰਿਤਸਰ ਹੈ ਹੀ, ਜੰਡਿਆਲਾ ਗੁਰੂ ਨਾਮਕ ਸਥਾਨ 'ਤੇ ਜੋ ਇਹ ਮਾਹੌਲ ਗੁਰੂ ਕਿਰਪਾ ਨਾਲ ਬਣ ਰਿਹਾ, ਸੱਚੀ ਇਹਨੂੰ ਵੇਖ ਕੇ ਇਹਨੂੰ ਮਾਣ ਕੇ ਬੜਾ ਆਨੰਦ ਮਿਲਦਾ, ਬੜਾ ਅੱਛਾ ਲੱਗਦਾ। ਹੁਣੇ ਸਾਡੇ ਬੜੇ ਮਾਣਯੋਗ ਪਿਆਰੇ ਪ੍ਰਿੰਸੀਪਲ ਉਸਤਾਦ ਸੁਖਵੰਤ ਸਿੰਘ ਜੀ ਆਪ ਜੀ ਦੇ ਨਾਲ ਰੂਬਰੂ ਹੋ ਰਹੇ ਸਨ। ਇਸ ਸਮੇਂ ਦਾ ਰਾਗ ਬੜਾ ਹੀ ਪਿਆਰਾ ਰਾਗ ਤੁਖਾਰੀ, ਬੱਚੇ ਬੱਚਿਆਂ ਜਾਣਦੇ ਨੇ, ਤੁਖਾਰੀ ਵਿੱਚ ਬਾਣੀ ਪੜ੍ਹਦੇ ਨੇ, ਕੀਰਤਨ ਕਰਦੇ ਨੇ, ਉਹਦੇ 'ਚ ਅਸੀਂ ਬੰਦਿਸ਼ ਹੀ ਕਰਾਂਗੇ ਇੱਕ ਸ਼ਬਦ। ਪਰ ਉਸ ਤੋਂ ਪਹਿਲਾਂ ਥੋੜ੍ਹਾ ਸਮਾਂ ਲਗਾਵਾਂਗੇ ਕਿ ਜਦੋਂ ਅਸੀਂ ਸਵਰ ਅਭਿਆਸ ਕਰੀਦਾ, ਅਸੀਂ ਜਦੋਂ ਰਿਆਜ਼ ਕਰੀਦਾ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਇਲੈਕਟ੍ਰੋਨਿਕ ਯੁੱਗ ਹੈ, ਕੰਪਿਊਟਰ ਯੁੱਗ ਵੀ ਪਿੱਛੇ ਰਹਿ ਗਿਆ, ਇਲੈਕਟ੍ਰੋਨਿਕ ਵੀ ਹੁਣ ਤਾਂ IT ਯੁੱਗ ਹੈ, ਇਨਫੋਰਮੇਸ਼ਨ ਟੈਕਨੋਲੋਜੀ ਦਾ ਸਾਰਾ ਕੰਪਿਊਟਰ ਦੇ ਨਾਲ ਜੁੜਿਆ ਹੋਇਆ ਸਾਰਾ ਕੁਝ। ਬੜੀਆਂ ਸਹੂਲਤਾਂ ਸਾਨੂੰ ਮਿਲ ਚੁੱਕੀਆਂ ਨੇ, ਇਲੈਕਟ੍ਰੋਨਿਕ ਤਾਨਪੁਰਾ ਆ ਫੋਨ 'ਚੋਂ ਹੀ ਚੱਲ ਰਿਹਾ, ਆ ਸਪੀਕਰ ਹੈ, ਜਦੋਂ ਰਿਆਜ਼ ਕਰਨ ਬੈਠੇ ਦਾ ਤਾਂ ਅਸੀਂ ਵੀ ਇਲੈਕਟ੍ਰੋਨਿਕ ਸਾਜ਼ ਵਰਤ ਲੈਂਦੇ ਹਾਂ ਕਿ ਚਲੋ ਜੀ ਰਾਗਿਨੀ ਸ਼ੁਰੂ ਚਲਾਓ ਜੀ ਅਤੇ ਬੈਠ ਜਾਓ। ਪਰ ਉਹਦੇ ਨਾਲ ਕੀ ਨੁਕਸਾਨ ਹੋ ਰਿਹਾ ਕਿ ਜਿਹੜੇ ਸਾਡੇ ਇਹ ਸਾਜ਼ ਨੇ, ਨੈਚੁਰਲ ਸਾਜ਼ ਨੇ, ਇਹਨਾਂ ਨੂੰ ਅਸੀਂ ਹੌਲੀ 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 ਕੇਵਲ ਸਜਾਉਣ ਲਈ ਰੱਖ ਲੈਂਦੇ ਹਾਂ ਕਿ ਸਾਡੇ ਕੋਲ ਹੈ ਤਾਨਪੁਰਾ ਵੱਡਾ ਮੈਨੂਅਲ, ਬੁਲਾਉਂਦੇ ਨਹੀਂ ਅਤੇ ਉਹਦੇ ਨਾਲ ਗਾਉਂਦੇ ਨਹੀਂ। ਸੋ ਜਿਹੜੇ ਵੋਕਲ ਦੇ ਸਟੂਡੈਂਟਸ ਨੇ, ਜਿਹੜੇ ਗਾਇਨ ਵਿੱਦਿਆ ਸਿੱਖ ਰਹੇ ਨੇ, ਕੀਰਤਨ ਕਰਦੇ ਨੇ, ਕਰਨਾ ਚਾਹੁੰਦੇ ਨੇ, ਉਹਨਾਂ ਲਈ ਇਹ ਨਿਹਾਇਤ ਜ਼ਰੂਰੀ ਹੈ ਕਿ ਉਹ ਤਾਨਪੁਰੇ ਨਾਲ ਰਿਆਜ਼ ਕਰਨ, ਤਾਨਪੁਰੇ ਨਾਲ ਇਲੈਕਟ੍ਰੋਨਿਕ ਨਾਲ ਵੀ ਅਤੇ ਮੈਨੂਅਲ ਨਾਲ ਵੀ, ਨੈਚੁਰਲ ਜਿਹੜਾ ਤਾਨਪੁਰਾ, ਇਹ ਬਹੁਤ ਜ਼ਰੂਰੀ ਹੈ। ਭਾਰਤੀ ਸੰਗੀਤ, ਚਾਹੇ ਉਹ ਉੱਤਰ ਭਾਰਤੀ ਸੰਗੀਤ ਹੋਵੇ, ਹਿੰਦੁਸਤਾਨੀ ਸੰਗੀਤ ਹੋਵੇ, ਚਾਹੇ ਦੱਖਣ ਭਾਰਤੀ ਸੰਗੀਤ ਜਿਹਨੂੰ ਅਸੀਂ ਕਰਨਾਟਕੀ ਸੰਗੀਤ ਵੀ ਕਹਿੰਦੇ ਹਾਂ, ਦੋਨਾਂ ਵਿੱਚ ਤਾਨਪੁਰਾ ਜਿਹੜਾ ਉਹ ਇੱਕ ਆਧਾਰ ਸਾਜ਼ ਹੈ। ਤਾਨਪੁਰਾ ਅਜਿਹਾ ਸਾਜ਼ ਹੈ, ਇਹਨੂੰ ਇੰਡੀਅਨ ਮਿਊਜ਼ੀਕਲ ਡਰੋਨ ਵੀ ਕਹਿੰਦੇ ਨੇ, ਜਿਨ੍ਹਾਂ ਨੇ BA MA ਕੀਤੀ ਹੈ, ਇਹ ਕਰ ਰਹੇ ਨੇ, ਉਹ ਜਾਣਦੇ ਨੇ, ਪੜ੍ਹਦੇ ਨੇ ਇਹਦੇ ਬਾਰੇ ਅਕਸਰ। ਤਾਨਪੁਰਾ ਔਰ ਸਹਾਇਕ ਨਾਦ, ਤਾਨਪੁਰਾ ਉਹਦੇ 'ਚੋਂ ਕਿਹੜੇ ਕਿਹੜੇ ਸੁਰ ਨਿਕਲਦੇ ਨੇ ਅਸੀਂ ਪੜ੍ਹਦੇ ਹਾਂ, ਦੇਖਦੇ ਹਾਂ ਨਾ, ਪੰਚਮ 'ਚੋਂ ਇਹ ਸੁਰ ਨਿਕਲ ਰਹੇ ਨੇ, ਸ਼ਰਦ 'ਚੋਂ ਇਹ ਨਿਕਲ ਰਹੇ ਨੇ, ਮੱਧਿਅਮ 'ਚੋਂ ਇਹ ਨਿਕਲ ਰਹੇ ਨੇ। ਸੋ ਤਾਨਪੁਰਾ ਅਜਿਹਾ ਸਾਜ਼ ਹੈ ਜਿਹਦੇ 'ਚੋਂ ਸਾਰੇ ਦੇ ਸਾਰੇ ਸੁਰ ਉਹ ਉਤਪੰਨ ਹੁੰਦੇ ਨੇ, ਚਾਹੇ ਦੀਆਂ 4 ਹੀ ਤਾਰਾਂ ਨੇ। ਭਾਈ ਸ਼੍ਰੀਪਾਲ ਸਿੰਘ ਜੀ ਬੜੇ ਸੁਰੀਲੇ ਪੰਥ ਦੇ ਬੜੇ ਮਹਾਨ ਕੀਰਤਨੀ ਹੈ, ਉਹਨਾਂ ਨੇ ਮੇਰੀ ਬੇਨਤੀ ਸਵੀਕਾਰ ਕੀਤੀ, ਤਾਨਪੁਰਾ ਉੱਪਰੋਂ ਲਿਆਂਦਾ ਜ਼ਰਾ। ਸੋ ਇਹ ਵਾਲਾ ਤਾਨਪੁਰਾ ਅਸੀਂ, ਜਿਹਨੂੰ ਅਸੀਂ ਮੈਨੂਅਲ ਤਾਨਪੁਰਾ ਕਹਿ ਲਓ, ਜਿਹੜਾ ਮਤਲਬ ਲੱਕੜੀ ਦਾ ਬਣਿਆ ਹੋਇਆ, ਨਾ ਕਿ ਇਲੈਕਟ੍ਰੋਨਿਕ, ਇਹਦੇ ਬਾਰੇ ਥੋੜ੍ਹੀ ਗੱਲ ਕਰਾਂਗੇ। ਪਹਿਲਾਂ 4 ਤਾਰਾਂ ਘੱਟੋ ਘੱਟ ਹੁੰਦੀਆਂ ਤਾਨਪੁਰੇ 'ਚ, ਮੰਨਿਆ ਜਾਂਦਾ ਕਿ ਇਹਦੀਆਂ 2-3 ਨਾਮਕਰਣ ਬਾਰੇ ਮਤ ਨੇ। ਤਾਨਪੁਰਾ ਇਹ ਵੀ ਕਹਿੰਦੇ ਜੀ ਵੀ ਇਹ ਤਾਨ ਨੂੰ ਪੂਰਾ ਕਰਦਾ, ਗਾਇਨ ਨੂੰ ਪੂਰਨ ਕਰ ਦਿੰਦਾ। ਪਰ ਇੱਕ ਹੋਰ ਮਤ ਹੈ ਕਿ ਇੱਕ
ਤੁੰਬਰੂ ਰਿਸ਼ੀ ਹੋਏ ਕੋਈ, ਤੰਬੂਰ ਤੰਬੂਰਾ ਵੀ ਇਹਨੂੰ ਕਿਹਾ ਜਾਂਦਾ, ਤੰਬੂਰ ਉੱਥੋਂ ਬਣ ਗਿਆ, ਉਹਨਾਂ ਨੇ ਇਹਦੀ ਕਾਢ ਕੱਢੀ ਆ, ਉਹਨਾਂ ਨੇ ਵਜਾਉਣਾ ਸ਼ੁਰੂ ਕੀਤਾ ਹੋਏਗਾ, ਬੜਾ ਪ੍ਰਾਚੀਨ ਵਾਦਯ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਤੰਬੂਰੇ ਨਾਲ ਕੀਰਤਨ ਕਰਦੇ ਰਹੇ, ਤੰਬੂਰਾ ਵਜਾਉਂਦੇ, ਉਹਦੇ ਨਾਲ ਗਾਉਂਦੇ, ਰਿਆਜ਼ ਕਰਦੇ। ਸੋ ਚਾਰ ਤਾਰਾਂ ਘੱਟੋ ਘੱਟ ਹੁੰਦੀਆਂ ਇਹਦੀਆਂ, ਪਰ ਕੁਝ ਤਾਨਪੁਰੇ ਪੰਜ ਤਾਰਾਂ ਵਾਲੇ, ਛੇ ਤਾਰਾਂ ਵਾਲੇ ਵੀ ਬਣਦੇ ਨੇ, ਬਣਾਏ ਜਾਂਦੇ ਨੇ। ਚਾਰ ਕਾਫੀ ਹੈ, ਚਾਰ ਘੱਟੋ ਘੱਟ ਹੈ। ਤੁਸੀਂ ਦੇਖਿਆ ਹੋਣਾ ਆਪਣੀ ਸਵਰਾਂਗਨੀ ਰਾਗਿਨੀ ਵਿੱਚ ਵੀ ਕਿਤੇ ਕਿਤੇ ਰਾਡੇਲ ਵਾਲੇ ਮਾਡਲਸ ਆਪਸ਼ਨ ਹੈਗੀ ਹੈ, ਪੰਜਵੀਂ ਤਾਰ ਦੀ ਜਾਂ ਛੇਵੀਂ ਤਾਰ ਦੀ, ਪਰ ਉਹ ਵੀ ਆਪਸ਼ਨਲ ਹੈ। ਤੁਸੀਂ ਚਲਾਉਣਾ ਚਾਹੋ ਤਾਂ ਉਸਨੂੰ ਵਰਤੋ, ਉਸ ਤਾਰ ਨੂੰ ਚਾਹੇ ਆਫ ਹੀ ਰੱਖੋ। ਸੋ ਇਹ ਚਾਰ ਤਾਰਾਂ, ਪਹਿਲੀ ਦੂਸਰੀ ਤੀਸਰੀ ਚੌਥੀ, ਇਹਨਾਂ ਚਾਰਾਂ 'ਚੋਂ ਜਿਹੜੀਆਂ ਵਿਚਕਾਰਲੀਆਂ ਦੋ ਤਾਰਾਂ ਨੇ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਜੋੜੇ ਦੀ ਤਾਰ। ਦੂਸਰੀ ਅਤੇ ਤੀਸਰੀ ਤਾਰ ਨੂੰ ਕੀ ਕਹਿੰਦੇ ਹਾਂ? ਜੋੜੇ ਦੀ ਤਾਰ। ਜੋੜਾ ਯਾਨੀ ਪੇਅਰ, ਜਿਹੜਾ ਇੱਕ ਦੂਸਰੇ ਨਾਲ ਬਿਲਕੁਲ ਮਿਲਦੀਆਂ ਨੇ, ਸੇਮ ਧਾਤ ਦੀਆਂ, ਇੱਕੋ ਹੀ ਉਹਨਾਂ ਦੀ ਮੋਟਾਈ ਹੈ, ਇੱਕੋ ਜਿਹੀ ਲੰਬਾਈ ਹੈ, ਔਰ ਇੱਕੋ ਸੁਰ 'ਤੇ ਸਾ 'ਤੇ, ਮੱਧ ਸਾ 'ਤੇ, ਮੱਧ ਸਪਤਕ ਦੇ ਸ਼ਡਜ 'ਤੇ ਮਿਲਾਈਆਂ ਜਾਂਦੀਆਂ ਨੇ। ਸੋ ਇਹਨੂੰ ਮਿਲਾਇਆ ਅਸੀਂ ਥੋੜ੍ਹਾ ਜਿਹਾ। ਸਭ ਤੋਂ ਪਹਿਲਾਂ ਜਦੋਂ ਤਾਨਪੁਰਾ ਮਿਲਾਈਦਾ ਤਾਂ ਜੋੜੇ ਦੀਆਂ ਤਾਰਾਂ ਹੀ ਮਿਲਾਈਦੀਆਂ। ਪਹਿਲੀ ਤਾਰ ਨਹੀਂ ਮਿਲਾਈਦੀ, ਚੌਥੀ ਨਹੀਂ ਮਿਲਾਈਦੀ, ਤੀਸਰੀ ਨਹੀਂ ਮਿਲਾਈਦੀ, ਦੂਸਰੀ ਤਾਰ ਤੋਂ ਸ਼ੁਰੂ ਕਰੀਦਾ। ਕਿਉਂ? ਕਿਉਂਕਿ ਉਹ ਸਾ ਦੀ ਜਿਹੜੀ ਪਹਿਲੀ ਤਾਰ ਹੈ, ਦੂਸਰੀ ਤਾਰ ਜਿਹਨੂੰ ਅਸੀਂ ਜੋੜੇ ਦੀ ਪਹਿਲੀ ਤਾਰ ਕਹਾਂਗੇ। ਟੋਟਲ ਚਾਰ 'ਚੋਂ ਦੂਸਰੇ ਨੰਬਰ 'ਤੇ ਆ ਰਹੀ ਹੈ। ਮੈਂ ਇਸ ਤਰ੍ਹਾਂ ਹੀ ਦਿਖਾ ਦਿੰਦਾ, ਸਾਰਿਆਂ ਨੂੰ ਮੇਰੇ ਖਿਆਲ ਨਜ਼ਰ ਆ ਰਿਹਾ ਹੋਏਗਾ ਚਾਰ ਤਾਰਾਂ ਨੇ। ਸੋ ਇਹ ਇਹਦੇ ਵਰਗੀ ਤੀਸਰੀ ਤਾਰ ਹੈ, ਜੋੜੇ ਦੀ ਦੂਸਰੀ ਤਾਰ ਜਿਹੜੀ ਕੀ ਹੋਈ। ਸੋ ਇਹਨਾਂ ਦੋਨਾਂ ਨੂੰ ਸਾ 'ਤੇ, ਇਹਨਾਂ 'ਚ ਦੇਖੋ ਝਨਕਾਰ ਕਿੰਨੀ ਆਉਂਦੀ ਹੈ। ਜੋ ਇਸ ਤਾਨਪੁਰੇ ਦੀ ਝਨਕਾਰ ਹੈ ਉਹ ਇਲੈਕਟ੍ਰੋਨਿਕ ਦੀ ਮਸ਼ੀਨੀ ਦੀ ਨਹੀਂ ਹੋਏਗੀ। ਫੀਲ ਹੋ ਰਿਹਾ ਹੋਣਾ। ਸੋ ਇਹਦੇ ਨਾਲ ਜੋ ਮਾਹੌਲ ਬਣਦਾ ਉਹ ਖਾਸ ਹੀ ਬਣਦਾ, ਔਰ ਇਹ ਵੀ ਹੈ ਕਿ ਸਾਨੂੰ ਜਦੋਂ ਮਿਲਾਵਾਂਗੇ ਤਾਨਪੁਰਾ, ਉਹ ਮਿਲਾਉਣ ਵਿੱਚ ਹੀ ਬੜਾ ਕੁਝ ਸਿੱਖਾਂਗੇ। ਸੁਰ ਦੀ ਸਮਝ ਪੈਂਦੀ ਹੈ ਕਿ ਤਾਨਪੁਰਾ ਸਹੀ ਮਿਲ ਰਿਹਾ ਕਿ ਨਹੀਂ, ਸੁਰ 'ਚ ਹੈ ਕਿ ਨਹੀਂ। ਸੋ ਤਾਨਪੁਰਾ ਵਜਾਉਣਾ, ਤਾਨਪੁਰੇ ਨਾਲ ਰਿਆਜ਼ ਕਰਨ ਤੋਂ ਪਹਿਲਾਂ ਤਾਨਪੁਰੇ ਨੂੰ ਹੱਥ 'ਚ ਲੈ ਕੇ ਉਹਨੂੰ ਮਿਲਾਉਣਾ, ਉਹੀ ਬੜਾ ਕੁਝ ਸਿਖਾ ਜਾਏਗਾ ਸਾਨੂੰ। ਕਿੰਨੀਆਂ ਸ਼ਰੂਤੀਆਂ, ਕਿੰਨੇ ਸੁਰ ਜਿਹੜੇ ਬਰੀਕ ਅੰਤਰ ਧੁਨੀਆਂ ਨੇ, ਨਾਦ ਨੇ, ਉਹ ਸਾਡੇ ਧਿਆਨ 'ਚ, ਸਾਡੇ ਜ਼ਿਹਨ 'ਚ, ਸਾਡੇ ਕੰਨਾਂ 'ਚ, ਮਨ 'ਚ ਪੈਣਗੇ ਅਤੇ ਸਾਨੂੰ ਪਤਾ ਲੱਗੇਗਾ। ਸੋ ਜੋੜੇ ਦੀ ਤਾਰ ਮਿਲਾ ਕੇ ਭਾਈ ਸਾਹਿਬ ਨੇ ਮਿਲਾ ਦਿੱਤੀ ਹੈ। ਫਿਰ ਜਿਹੜੀ ਲਾਸਟ ਤਾਰ ਹੈ, ਚੌਥੀ ਤਾਰ, ਇਹਨੂੰ ਕਹਿੰਦੇ ਨੇ ਖਰਜ ਦੀ ਤਾਰ। ਕੀ ਕਹਿੰਦੇ ਨੇ? ਹਾਂ, ਖਰਜ ਕੀ ਹੁੰਦਾ? ਖਰਜ ਤੋਂ ਭਾਵ, ਹਾਂਜੀ, ਸ਼ਡਜ ਨੂੰ ਹੀ ਖਰਜ ਕਹਿ ਦਿੰਦੇ ਨੇ। ਸ਼ਡਜ ਸੰਸਕ੍ਰਿਤ 'ਚ ਹੈ, ਹਿੰਦੀ 'ਚ ਹੈ, ਤਾਂ ਸ਼ ਦਾ ਖ ਬਣ ਗਿਆ, ਡ ਦਾ ਰ ਬਣ ਗਿਆ ਜ। ਸ਼ਡਜ ਯਾਨੀ ਸਾ, ਸ਼ਟ ਜਮਾ ਜ, ਸ਼ਟ ਛੇ ਅਤੇ ਜ, ਉਹਨਾਂ ਤੋਂ ਪੈਦਾ ਹੋਇਆ, ਜਨਮਿਆ। ਸੋ ਛੇ ਸੁਰਾਂ ਤੋਂ ਜਨਮਿਆ, ਦੋਨੋਂ ਮਤ ਨੇ ਇਹਦੇ। ਛੇ ਸੁਰਾਂ ਤੋਂ ਉਤਪੰਨ ਹੋਇਆ ਉਹ ਵੀ ਸਾ ਹੈ, ਅਤੇ ਛੇ ਸੁਰਾਂ ਨੂੰ ਜਨਮ ਦੇਣ ਵਾਲਾ ਉਹ ਵੀ ਸਾ ਹੈ। ਜੇ ਸਾਨੂੰ ਰੇ ਪਤਾ ਹੈ ਤਾਂ ਅਸੀਂ ਸਾ ਲੱਭ ਸਕਦੇ ਹਾਂ, ਜੇ ਸਾਨੂੰ ਗਾ ਪਤਾ ਹੈ ਤਾਂ ਅਸੀਂ ਸਾ ਲੱਭ ਸਕਦੇ ਹਾਂ। ਉਲਟਾ ਜੇ ਦੇਖੀਏ ਦੂਸਰੇ ਤਰ੍ਹਾਂ ਨਾਲ, ਜੇ ਸਾਨੂੰ ਸਾ ਪਤਾ ਹੈ, ਇਹ ਸਾ ਹੈ, ਤਾਂ ਸਾਨੂੰ ਪਤਾ ਲੱਗ ਜਾਂਦਾ ਇੱਥੇ ਹੈ ਸਾ, ਕੋਮਲ ਇੱਥੇ ਹੈ ਸਾ, ਮਾ ਤੀਵਰ ਮਾ ਹੈ। ਸੋ ਸਾ ਤੋਂ ਸਾਰੇ ਸੁਰ ਜਨਮਦੇ ਆ, ਅਤੇ ਉਹਨਾਂ ਸੁਰਾਂ ਤੋਂ ਅਲਟੀਮੇਟਲੀ ਸਾ ਵੀ ਅਸੀਂ ਲੱਭ ਸਕਦੇ ਹਾਂ। ਸੋ ਸ਼ਡਜ, ਸ਼ਡਜ ਨੂੰ ਹੀ ਕਹਿੰਦੇ ਨੇ ਖਰਜ, ਪਰ ਖਰਜ ਤੋਂ ਭਾਵ ਅਸੀਂ ਅਕਸਰ ਲੈਂਦੇ ਹਾਂ ਮੰਦਰ ਸਪਤਕ ਦਾ ਸਾ,
ਕਹਿੰਦੇ ਨਾ ਖਰਚ ਦਾ ਰਿਆਜ਼ ਕਰੋ ਉਸਤਾਦ, ਕਿਤਾਬਾਂ 'ਚ ਵੀ ਲਿਖਿਆ ਹੋਇਆ ਕਿ ਸਵੇਰੇ ਉੱਠ ਕੇ ਖਰਚ ਦਾ ਰਿਆਜ਼ ਕਰੋ, ਇਹ ਵਾਲਾ ਸਾ ਨੀ ਦਾ ਪ ਮਾ ਗਾ ਰੇ, ਸਵੇਰੇ ਸਵੇਰੇ ਹੋਰ ਵਧੀਆ ਲੱਗ ਜਾਂਦਾ। ਸੋ ਇਹ ਤਾਰ ਇੱਥੇ ਬੋਲਦੀ ਹੈ ਖਰਚ 'ਤੇ, ਲਾਸਟ ਤਾਰ। ਮੱਧ ਸਾ, ਫਿਰ ਮੱਧ ਸਾ, ਫਿਰ ਮੰਦਰ ਸਾ। ਸੋ ਇਸ ਤਰ੍ਹਾਂ ਮਿਲਾ ਕੇ ਇਹਨੂੰ ਔਰ ਇਹਦੀ ਗੂੰਜ ਜਿਹੜੀ ਬਣਦੀ ਹੈ, ਜੋ ਮਾਹੌਲ ਬਣਦਾ, ਕਿੰਨੇ ਸੈਕਿੰਡਸ ਉਹ ਨਾਦ ਲਹਿਰੀਆਂ ਜਿਹੜੀਆਂ ਨੇ ਉਤਪੰਨ ਹੁੰਦੀਆਂ ਰਹਿੰਦੀਆਂ ਨੇ। ਸੋ ਖਰਜ ਵਿੱਚੋਂ ਬਹੁਤ ਸੁਰ ਨਿਕਲਦੇ ਨੇ, ਬਹੁਤ ਸਾਰੀਆਂ ਫ੍ਰੀਕੁਐਂਸੀਜ਼ ਨਿਕਲਦੀਆਂ ਨੇ। ਹੁਣ ਆਉਂਦੇ ਅਸੀਂ ਪਹਿਲੀ ਤਾਰ 'ਤੇ, ਪਹਿਲੀ ਤਾਰ ਇਹਨੂੰ ਅਖੀਰ 'ਚ ਮਿਲਾਉਣਾ। ਸਭ ਤੋਂ ਬਾਅਦ ਜੇ ਪਹਿਲਾਂ ਇਹਨੂੰ ਮਿਲਾਉਣ ਲੱਗੇ ਤਾਂ ਸਾਹ ਮਿਲਿਆ ਨਹੀਂ, ਪਾ ਮਾਂ ਕਿੱਥੇ ਮਿਲੇਗਾ ਜਾ ਕੇ। ਸੋ ਪਹਿਲੀ ਤਾਰ ਦਾ ਇਹ ਨਿਯਮ ਹੈ, ਜਿਹੜੇ ਬੱਚਿਆਂ ਨੇ ਐੱਮ ਏ ਕੀਤੀ ਹੈ, ਬੱਚੀਆਂ ਬੈਠੀਆਂ ਨੇ, ਟੀਚਰਸ ਵੀ ਬੈਠੇ ਨੇ, ਉਹ ਜਾਣਦੇ ਨੇ। ਪਹਿਲੀ ਤਾਰ ਰਾਗ ਵਿੱਚ ਲੱਗਣ ਵਾਲੇ ਸੁਰ ਦੇ ਅਨੁਸਾਰ ਹੀ ਮਿਲਾਈ ਜਾਂਦੀ ਹੈ। ਜੇ ਉਸ ਰਾਗ ਵਿੱਚ ਪੰਚਮ ਦਾ ਪ੍ਰਯੋਗ ਹੁੰਦਾ ਤਾਂ ਜ਼ਿਆਦਾਤਰ ਅਸੀਂ ਇਹਨੂੰ ਪੰਚਮ 'ਤੇ ਮਿਲਾਉਂਦੇ ਹਾਂ, ਪਾ 'ਤੇ। ਪੰਚਮ 'ਤੇ। ਜੇ ਪੰਚਮ ਵਰਜਿਤ ਹੋਵੇ, ਮੰਨ ਲਓ ਕੋਈ ਰਾਗ ਉਹਦੇ 'ਚ ਪਾ ਨਹੀਂ ਲੱਗਦਾ, ਫਿਰ ਕਿੱਥੇ ਮਿਲਾਵਾਂਗੇ? ਸ਼ੁੱਧ ਮਾਂ 'ਤੇ, ਮਾਂ 'ਤੇ। ਹੁਣ ਕੋਈ ਰਾਗ ਹੋ ਸਕਦਾ ਜਿਵੇਂ ਕਿ ਗੁਜਰੀ ਹੈ, ਉਹਦੇ ਵਿੱਚ ਪਾ ਵੀ ਨਹੀਂ ਲੱਗਦਾ ਅਤੇ ਮਾਂ ਵੀ ਨਹੀਂ ਲੱਗਦਾ, ਸ਼ੁੱਧ ਤੀਵਰ ਮਾਂ ਲੱਗਦਾ। ਹੁਣ ਕੀ ਕਰਾਂਗੇ? ਹੁਣ ਨਾ ਸ਼ੁੱਧ ਮਾਂ 'ਤੇ ਮਿਲਾ ਸਕਦੇ ਹਾਂ, ਨਾ ਪਾ 'ਤੇ ਮਿਲਾ ਸਕਦੇ ਹਾਂ। ਹਾਂਜੀ, ਢਾ 'ਤੇ ਨੀ, ਹਾਂ ਨਿਸ਼ਾਦ 'ਤੇ ਮਿਲਾਈ ਦੀ ਹੈ, ਸ਼ੁੱਧ ਨਿਸ਼ਾਦ 'ਤੇ। ਸੋ ਸਭ ਤੋਂ ਪਹਿਲਾਂ ਇਹ ਆਪਸ਼ਨ, ਜੇ ਪੰਚਮ ਵਰਜਿਤ ਹੈ ਜਾਂ ਕਈ ਵਾਰ ਪਾ ਨਹੀਂ ਵਰਜਿਤ ਹੁੰਦਾ, ਮਾਂ ਵਾਧੀ ਹੁੰਦਾ, ਮਾਂ ਜ਼ਿਆਦਾ ਲੱਗਦਾ, ਜਿਵੇਂ ਬਾਗੇਸ਼ਰੀ ਹੈ। ਹੁਣ ਬਾਗੇਸ਼ਰੀ ਰਾਗ 'ਚ ਮਾਂ ਵਾਧੀ ਹੈ, ਸਾ ਸੰਵਾਦੀ ਹੈ, ਪੰਚਮ ਦਾ ਪ੍ਰਯੋਗ ਹੁੰਦਾ, ਅਲਪ ਪ੍ਰਯੋਗ ਹੁੰਦਾ ਅਵਰੋਚ, ਉਦੋਂ ਅਸੀਂ ਫਿਰ ਮਾਂ 'ਤੇ ਇਹਨੂੰ ਮਿਲਾਵਾਂਗੇ। ਈਵਨ ਜੋਗ ਕੌਂਸ, ਜੋਗ 'ਚ ਵੀ ਕਈ ਮਾਧਿਅਮ 'ਤੇ ਮਿਲਾ ਲੈਂਦੇ ਨੇ ਕਿਉਂਕਿ ਮਾਂ ਵਾਧੀ ਹੈ, ਅੱਛਾ ਲੱਗਦਾ ਉਹ। ਪਾ 'ਤੇ ਵੀ ਮਿਲਾ ਲਓਗੇ ਗਲਤ ਨਹੀਂ ਹੈ, ਪਾ ਵੀ ਲੱਗ ਰਿਹਾ ਜੋਗ 'ਚ। ਸੋ ਉੱਥੇ ਆਪਸ਼ਨ ਆ ਜਾਂਦੀ ਹੈ, ਅਸੀਂ ਕਰ ਸਕਦੇ ਹਾਂ, ਠੀਕ ਹੈ। ਤੀਸਰੀ ਆਪਸ਼ਨ ਜਿਹੜੀ ਲਾਸਟ ਆਪਸ਼ਨ ਆ, ਉਹ ਹੈਗੀ ਹੈ ਕਿ ਨਾ ਪਾ ਦਾ ਪ੍ਰਯੋਗ ਹੋ ਰਿਹਾ ਰਾਗ 'ਚ, ਪੰਚਮ ਵੀ ਵਰਜਿਤ ਹੈ, ਸ਼ੁੱਧ ਮਾਂ ਵੀ ਨਹੀਂ ਲੱਗ ਰਿਹਾ, ਤੀਵਰ ਮਾਂ ਲੱਗ ਰਿਹਾ। ਤੀਵਰ ਮਾਂ 'ਤੇ ਨਹੀਂ ਮਿਲਾਉਂਦੇ, ਕਿਉਂ? ਤੀਵਰ ਮਾਂ ਦਾ ਸਾ ਨਾਲ ਕੋਈ ਸੰਵਾਦ ਨਹੀਂ ਬੈਠਦਾ, ਕੋਈ ਮੇਲ ਨਹੀਂ ਬੈਠਦਾ, ਉਹ ਅੱਖਰੇਗਾ। ਸੋ ਨਿਸ਼ਾਦ 'ਤੇ ਮਿਲਾ ਦਿੰਦੇ, ਹਾਲਾਂਕਿ ਨਿਸ਼ਾਦ ਦਾ ਵੀ ਕੋਈ ਸਾ ਨਾਲ ਸੰਵਾਦ ਨਹੀਂ ਬੈਠ ਰਿਹਾ, ਪਰ ਨਿਸ਼ਾਦ ਤੋਂ ਉਤਪੰਨ ਹੋਣ ਵਾਲੇ ਨਾਦ ਜਿਹੜੇ ਨੇ ਉਹ ਸਭ ਤੋਂ ਜ਼ਿਆਦਾ ਨੇ, ਸਭ ਤੋਂ ਜ਼ਿਆਦਾ ਗਿਣਤੀ 'ਚ ਨੇ। ਸੋ ਇਸ ਲਈ ਬਹੁਤ ਕੁਸ਼ਲ ਗਾਇਕ ਵਾਦਕ ਤੁਸੀਂ ਸੁਣਿਆ ਹੋਣਾ ਕਿ ਉਹ ਨਿਸ਼ਾਦ ਅਤੇ ਤਾਨਪੁਰਾ ਮਿਲਾ ਲੈਂਦੇ, ਈਵਨ ਯਮਨ 'ਚ, ਕਲਿਆਣ 'ਚ ਮਿਲਾ ਲੈਂਦੇ ਆ, ਬਿਹਾਰ 'ਚ ਮਿਲਾ ਲੈਂਦੇ ਆ, ਗੁਜਰੀ 'ਚ ਤਾਂ ਮਿਲਾਉਂਦੇ ਹੀ ਮਿਲਾਉਂਦੇ ਆ। ਅੱਜ ਕੱਲ੍ਹ ਥੋੜ੍ਹਾ ਹੋਰ ਟ੍ਰੈਂਡ ਹੈ, ਥੋੜ੍ਹਾ ਅੱਗੇ ਵੱਧਦੇ ਨੇ ਹੁਣ ਗੁਜਰੀ ਵਿੱਚ, ਕਿਉਂਕਿ ਧਾ ਕੋਮਲ ਜਿਹੜਾ ਉਹ ਵੱਧਦੀ ਹੈ, ਤਾਂ ਕਈ ਜਾਣੇ ਕੋਮਲ ਧਾ 'ਤੇ ਮਿਲਾ ਲੈਂਦੇ। ਹੁਣ ਧਾ ਕੋਮਲ ਅਤੇ ਸਾ ਦਾ ਮੋਟਾ ਮੋਟਾ ਜਿਹਾ ਸਾ ਗਾ ਸੰਵਾਦ ਬਣਦਾ, ਹਾਲਾਂਕਿ ਉਹ ਭਾਰਤੀ ਸੰਗੀਤ 'ਚ ਇਹਦਾ ਸਥਾਨ ਨਹੀਂ, ਪਰ ਵੈਸਟਰਨ ਮਿਊਜ਼ਿਕ 'ਚ, ਪੱਛਮੀ ਸੰਗੀਤ 'ਚ ਸਾ ਗਾ ਦਾ ਸੰਵਾਦ ਬਹੁਤ ਖਾਸ ਹੈ। ਕੋਡ ਜਿਹੜਾ ਬਣਦਾ ਉਹ ਸਾ ਗਾ ਪਾ ਤੋਂ ਹੀ ਬਣਦਾ। ਸੋ ਧੈਵਤ ਕੋਮਲ 'ਤੇ ਵੀ ਮਿਲਾ ਲੈਂਦੇ ਨੇ। ਐਨੀ ਹਾਓ, ਇਹਦੇ 'ਤੇ ਹੋਰ ਜ਼ਿਆਦਾ ਸਮਾਂ ਨਹੀਂ ਲਗਾਉਂਦੇ। ਪਹਿਲੀ ਤਾਰ ਪੰਚਮ, ਹੁਣ ਜੇ ਅਸੀਂ ਤੁਖਾਰੀ ਗਾਣਾ ਤਾਂ ਕਿੱਥੇ ਮਿਲਾਵਾਂਗੇ? ਪਹਿਲੀ ਤਾਰ ਪੰਚਮ 'ਤੇ ਮਿਲਾ ਸਕਦੇ ਹਾਂ। ਸੋ ਤਾਨਪੁਰਾ ਵਜਾਉਣ ਲਈ ਇੱਕ ਤਾਂ ਤੁਸੀਂ ਇਸ ਤਰ੍ਹਾਂ ਇਹਨੂੰ ਖੜ੍ਹਾ ਕਰਕੇ ਵਜਾਓ,
ਜਾਂ ਲਿਟਾ ਕੇ ਵਜਾਓ ਪਹਿਲਾਂ ਪਹਿਲਾਂ ਬੱਚਿਆਂ ਨੂੰ ਸੌਖਾ ਰਹੇਗਾ। ਇਸ ਤਰ੍ਹਾਂ ਕਰਕੇ ਤੁੰਬੇ ਦੇ ਇੱਥੇ ਟਿਕਾ ਕੇ, ਤਬਲੇ ਦੇ ਉੱਪਰ ਬਾਂਹ ਟਿਕਾ ਕੇ ਇਹਨੂੰ ਪਹਿਲੀ ਤਾਰ ਜਿਹੜੀ ਹੈ ਉਹ ਵਿੱਚ ਵਾਲੀ ਵਿਚਕਾਰਲੀ ਉਂਗਲ ਨਾਲ ਵਜਾਉਣੀ ਹੈ, ਬਾਕੀ ਦੀਆਂ ਫਸਟ ਫਿੰਗਰ ਜਿਹੜੀ ਪਹਿਲੀ ਹੈ ਅੰਗੂਠ ਦੇ ਨਾਲ ਇਹਦੇ ਨਾਲ ਵਜਾਉਣੀ ਹੈ। ਸੋ ਤਾਨਪੁਰਾ ਜ਼ਰੂਰ ਸਿੱਖਣਾ ਚਾਹੀਦਾ, ਤਾਨਪੁਰੇ ਨਾਲ ਗਾਉਣਾ ਚਾਹੀਦਾ, ਤਾਨਪੁਰੇ ਨਾਲ ਰਿਆਜ਼ ਕਰਨਾ ਚਾਹੀਦਾ, ਉਹਨੂੰ ਸੁਣਨ ਦੀ ਆਦਤ ਪਾਉਣੀ ਚਾਹੀਦੀ ਹੈ। ਪਹਿਲਾਂ ਤਾਂ ਕੇਵਲ ਤਾਨਪੁਰਾ ਵਜਾਓ, ਤਾਨਪੁਰਾ ਸੁਣੋ, ਉਹਦੇ ਨਾਲ ਹੀ ਬੜਾ ਕੁਛ ਪਤਾ ਲੱਗਦਾ, ਇੱਕ ਮਾਹੌਲ ਬਣਦਾ, ਇੱਕ ਅਸੀਂ ਉਸ ਨਾਦ ਦੇ ਸਾਗਰ 'ਚ ਸੁਰਾਂ ਦੇ ਜਿਹੜਾ ਇੱਕ ਮਹਾਂਸਾਗਰ ਆ ਉਹਦੇ 'ਚ ਗੋਤੇ ਖਾਂਦੇ ਹਾਂ। ਸੋ ਅਸੀਂ ਪਹਿਲੇ ਕਾਲੇ 'ਤੇ ਸੀ, ਸ਼ਾਰਕਤੇ ਨੂੰ ਮਿਲਾਇਆ, ਹੁਣ ਅਸੀਂ ਥੋੜ੍ਹਾ ਜਿਹਾ ਅਭਿਆਸ ਕਰਦੇ ਹਾਂ ਕਿ ਕਿਸ ਤਰ੍ਹਾਂ ਕਰੀਏ। ਜਿਸ ਤਰ੍ਹਾਂ ਪਹਿਲਾਂ ਵੀ ਦਾਸ ਬੇਨਤੀ ਕਰਦਾ, ਹਮਿੰਗ ਜ਼ਰੂਰ ਕਰਨੀ ਚਾਹੀਦੀ ਹੈ ਥੋੜ੍ਹੀ ਜਿਹੀ, ਕਿਸ ਤਰ੍ਹਾਂ, ਤਾਨਪੁਰਾ ਆ ਰਿਹਾ ਸਾਹਮਣੇ, ਘੱਟ ਤਾਂ ਨਹੀਂ ਆ ਰਿਹਾ, ਠੀਕ ਹੈ। ਤਾਨਪੁਰਾ ਸੁਣੋ, ਉਹਦੇ ਨਾਲ ਆਵਾਜ਼ ਮਿਲਾਉਣੀ ਹੈ। ਗਾਓ ਬੇਟੇ, ਸ਼ਾਬਾਸ਼, ਸਾਰੇ ਮੂੰਹ ਬੰਦ ਕਰਕੇ ਜਿੰਨਾ ਵੀ 5 ਮਿੰਟ 10 ਮਿੰਟ 15 ਮਿੰਟ ਲਗਾਓ, ਬਿਲਕੁਲ ਟਿਕ ਕੇ, ਆਵਾਜ਼ 'ਚ ਕੋਈ ਵਾਈਬ੍ਰੇਸ਼ਨ ਨਾ ਹੋਣ, ਹਿਲਜੁਲ ਨਾ ਹੋਵੇ, ਖਰਾਸ਼ ਨਾ ਹੋਵੇ, ਜਿੰਨੀ ਵੀ ਸਾਫ ਆਵਾਜ਼ ਲਗਾ ਸਕਦੇ ਹੋ। ਇਸ ਤੋਂ ਬਾਅਦ ਜਿਹੜਾ ਵਜਾਉਣਾ ਇਹ ਵੀ ਜ਼ਰੂਰ ਧਿਆਨ ਦਿਓ, ਅਕਸਰ ਨਾ ਇਸ ਤਰ੍ਹਾਂ ਵਜਾਉਂਦੇ ਆ ਬਹੁਤ ਜਾਣੇ, ਇਸ ਤਰ੍ਹਾਂ ਹੱਥ ਸਾਡਾ ਪੈਰਲਲ ਹੋਣਾ ਚਾਹੀਦਾ ਤਾਰਾਂ ਦਾ, ਇਸ ਤਰ੍ਹਾਂ ਇੱਥੇ ਅੰਗੂਠਾ ਟਿਕਾ ਕੇ ਸਪੋਰਟ ਲੈ ਕੇ, ਅਤੇ ਪਹਿਲੀ ਤਾਰ, ਦੂਸਰੀ, ਤੀਸਰੀ, ਚੌਥੀ ਤੋਂ ਬਾਅਦ ਥੋੜ੍ਹਾ ਜਿਹਾ ਗੈਪ ਦੇ ਸਕਦੇ ਹੋ, ਇਹਨੂੰ 2 ਮਾਤਰਾਵਾਂ ਦੇ ਸਕਦੇ ਹੋ, ਇਹਨਾਂ ਨੂੰ 1-1 ਮਾਤਰਾ। ਸੋ ਪੁਜ਼ੀਸ਼ਨ ਮਤਲਬ ਇਹਨੂੰ ਜਸਟ ਕਹਿੰਦੇ ਤਾਨਪੁਰਾ ਛੇੜਨਾ ਹੁੰਦਾ, ਵਜਾਉਣਾ ਵੀ ਨਹੀਂ, ਸਹਿਲਾਉਣਾ ਇਹਨਾਂ ਨੂੰ ਬਸ, ਤਾਰਾਂ ਨੂੰ ਮਾੜਾ ਜਿਹਾ ਛੇੜਨਾ ਅਤੇ ਉਹਦੇ 'ਚੋਂ ਗੂੰਜ ਉਤਪੰਨ ਹੁੰਦੀ ਹੈ। ਸੋ ਸਾਰੇ ਛੜਜ ਲਗਾਉਣ ਨੂੰ ਸਾ, ਸਵੇਰ ਦੇ ਸਮੇਂ ਛੜਜ ਤੋਂ ਬਾਅਦ, ਸਾਹ ਤੋਂ ਬਾਅਦ ਮੰਦਰ ਸਪਤਕ ਦਾ ਰਿਆਜ਼ ਕਰਨਾ ਬੜਾ ਜ਼ਰੂਰੀ ਹੈ, ਔਰ ਮੰਦਰ ਸਪਤਕ ਦਾ ਰਿਆਜ਼ ਜਿੰਨਾ ਕਰਾਂਗੇ ਵੱਧ ਤੋਂ ਵੱਧ ਉਹ ਆਪੇ ਉਹਨੇ ਮੱਧ ਅਤੇ ਤਾਰ ਸਪਤਕ ਵਿੱਚ ਵੀ ਕੰਮ ਆਉਣਾ। ਆਵਾਜ਼ ਜਿਹੜੀ ਹੈ ਸਾਡੀ, ਉਹਦੀ ਰੇਂਜ ਜੇ ਮੰਦਰ 'ਚ ਅਸੀਂ ਵਧਾਵਾਂਗੇ ਤਾਂ ਤਾਰ ਸਪਤਕ 'ਚ ਆਪੇ ਵਧੇਗੀ, ਪਰ ਇਹ ਨਹੀਂ ਕਿ ਤਾਰ ਸਪਤਕ ਦਾ ਰਿਆਜ਼ ਕਰਨਾ ਹੀ ਨਹੀਂ, ਸਵੇਰੇ ਨਹੀਂ ਕਰਨਾ ਤਾਂ ਦੁਪਹਿਰੇ, ਸ਼ਾਮੀ, ਜਦੋਂ ਵੀ ਟਾਈਮ ਮਿਲਦਾ ਉਦੋਂ ਜ਼ਰੂਰ ਕਰੋ। ਅਕਸਰ ਕਈ ਵਾਰ ਨੈਚੁਰਲ ਜਿਨ੍ਹਾਂ ਦਾ ਸਕੇਲ ਬਹੁਤ ਨੀਵਾਂ ਹੁੰਦਾ, ਉੱਚਾ ਨਹੀਂ ਹੁੰਦਾ, ਉਹ ਵੀ ਸੋਚਦੇ ਨੇ ਵੀ ਮੰਦਰ ਦਾ ਹੀ ਰਿਆਜ਼ ਕਰੋ, ਤਾਰ ਤਾਂ ਸ਼ਾਇਦ ਆਪੇ ਹੋ ਜਾਏਗਾ, ਆਪੇ ਨਹੀਂ ਹੋਏਗਾ, ਉਹਦੇ ਲਈ ਵੀ ਕਰਨਾ ਪਏਗਾ। ਹਾਂ, ਸਵੇਰ ਦਾ ਸਮਾਂ, ਕਿਉਂਕਿ ਸਵੇਰੇ ਸਵੇਰੇ ਫਰੈਸ਼ ਹਾਂ ਅਸੀਂ, ਅੰਮ੍ਰਿਤ ਵੇਲਾ ਉੱਠ ਕੇ ਇਸ਼ਨਾਨ ਕਰਕੇ ਪਾਠ ਕਰਕੇ ਬੈਠੋ ਅਤੇ ਜ਼ਰੂਰ ਮੰਦਰ ਸਪਤਕ ਦੇ ਸਵਰ ਲਗਾਓ। ਸਾਨੀ
एक एक सुर घटाना चाहिए एकदम नहीं सा ने धा पा मा एकदम नहीं जाना सहजे सहजे आराम नाल रुक के सा ने नीते रुको नीते न्यास करो आराम नाल ਬਿਲਕੁਲ ਮੈਨੂੰ ਲੱਗਦਾ ਨੀਂਦ ਆਉਣ ਲੱਗ ਗਈ ਲੰਗਰ ਛੱਕ ਕੇ ਹੈ ਨਾ ਸੋ ਨਹੀਂ ਨੀਂਦ ਨਹੀਂ ਆਉਣੀ ਚਾਹੀਦੀ ਜਿਹੜੇ ਕੰਮ ਲਈ ਅਸੀਂ ਆਏ ਹਾਂ ਉਹਦੇ ਵੱਲ ਧਿਆਨ ਰੱਖੀਏ ਹੁਣ ਠੀਕ ਹੈ ਨੀਂਦ ਨਹੀਂ ਆਈ ਨਹੀਂ ਹੁਣ ਅਗਲਾ ਸੁਰ ਧੈਵਤ 'ਤੇ ਜਾਵਾਂਗੇ ਥਾਂ 'ਤੇ ਮਨ ਹੁੰਦਾ ਵੀ ਪਾਵੇ ਲਾ ਦਿਓ ਪਰ ਨਹੀਂ ਲਗਾਉਣਾ ਇਹੀ ਤਾਂ ਰਿਆਜ਼ ਹੈ ਇਹੀ ਤਾਂ ਅਭਿਆਸ ਹੈ ਸਾਧਨਾ ਇਹਨੂੰ ਤਾਂ ਹੀ ਕਹਿੰਦੇ ਹਾਂ ਕਿ ਅਸੀਂ ਉਹਨੂੰ ਵਸ 'ਚ ਕਰਨਾ ਸਹਿਜੇ ਸਹਿਜੇ ਪੰਚਮ 'ਤੇ ਲਗਾਓ ਆਵਾਜ਼ ਨਹੀਂ ਆ ਰਹੀ ਇੱਧਰੋਂ ਜ਼ਿਆਦਾ ਆ ਰਹੀ ਆਵਾਜ਼ ਸਕੇਲ ਤਾਂ ਸਗੋਂ ਆਪਣਾ ਹੈ ਪਹਿਲਾਂ ਕਾਲਾ ਅਸੀਂ ਸ਼ੁੱਧ ਸੁਰ ਹੀ ਲੈਂਦੇ ਹਾਂ ਤੁਖਾਰੇ ਬਾਅਦ 'ਚ ਕਰਦੇ ਹਾਂ ਸੋ ਪਾ ਤੱਕ ਆ ਗਏ ਹੁਣ ਪਤਾ ਲੱਗਦਾ ਹੈ ਕਿ ਮੇਰਾ ਤਾਂ ਪਾ ਹੀ ਨਹੀਂ ਲੱਗਦਾ ਪਾ 'ਤੇ ਤਾਂ ਆਵਾਜ਼ ਹੀ ਨਹੀਂ ਜਾ ਰਹੀ ਬੰਦ ਹੋ ਗਈ ਅਕਸਰ ਹੁੰਦਾ ਫਿਰ ਕੀ ਕਰਨਾ ਛੱਡ ਨਹੀਂ ਦੇਣਾ ਜਿੰਨੀ ਆਵਾਜ਼ ਜਾਂਦੀ ਹੈ ਜਿੰਨਾ ਵੀ ਰੁਕਿਆ ਜਾਂਦਾ ਥੋੜ੍ਹਾ ਲੱਗਦਾ ਓਨਾ ਲਗਾਉਣਾ ਹੌਲੀ ਹੌਲੀ ਜਾਣ ਲੱਗ ਜਾਏਗੀ 10 ਦਿਨ 'ਚ 15 ਦਿਨ 'ਚ ਮਹੀਨੇ 'ਚ 6 ਮਹੀਨੇ 'ਚ ਕਦੇ ਤਾਂ ਜਾਏਗੀ ਸੋ ਕੋਸ਼ਿਸ਼ ਕਰਦੇ ਰਹਿਣਾ ਪਰ ਇੱਕ ਗੱਲ ਬਹੁਤ ਇੰਪੋਰਟੈਂਟ ਕਿ ਤਾਨਪੁਰਾ ਸੁਣ ਕੇ ਗਾਣਾ ਅਕਸਰ ਕੀ ਹੁੰਦਾ ਬੱਚੇ ਰਿਆਜ਼ ਕਰਦੇ ਨੇ ਸਾਡੇ BA MA MPhil PhD ਲੈਵਲ 'ਤੇ ਵੀ ਉਹ ਆਪਣਾ ਹੀ ਗਾਈ ਜਾਂਦੇ ਨੇ ਤਾਨਪੁਰਾ ਕਿਤੇ ਹੋਰ ਅਤੇ ਉਹ ਕਿਤੇ ਹੋਰ ਇਸ ਤਰ੍ਹਾਂ ਨਾ ਹੋਵੇ ਉਹ ਕਿਵੇਂ ਹੋਏਗਾ ਠੀਕ ਕਿ ਸੁਰ ਮਿਲਾਵਾਂਗੇ ਕਿਵੇਂ ਜੇ ਧਿਆਨ ਨਾਲ ਸੁਣਾਂਗੇ
ਜਾਵੇ ਪਾ ਤੇ ਜਾਵੇ ਗਾ ਤੇ ਜਿੱਥੇ ਵੀ ਜਾਵੇ ਘੱਟੋ ਘੱਟ ਵੈਸੇ ਪੰਚਮ ਮਾਧਿਅਮ ਤੱਕ ਜਾਵੇ ਤਾਂ ਬਹੁਤ ਅੱਛਾ ਹੈ ਜੇ ਨਹੀਂ ਵੀ ਜਾਂਦੀ ਤਾਂ ਘਬਰਾਉਣ ਦੀ ਕੋਈ ਗੱਲ ਨਹੀਂ ਹੌਲੀ ਹੌਲੀ ਜਾਣ ਲੱਗ ਜਾਏਗੀ ਕਈ ਵਾਰ ਫਿਰ ਇਹ ਵੀ ਹੋ ਸਕਦਾ ਕਿ ਤੁਹਾਡਾ ਸਕੇਲ ਹੀ ਸਹੀ ਸੈੱਟ ਨਹੀਂ ਹੋਇਆ ਨੈਚੁਰਲੀ ਤੁਸੀਂ ਨਹੀਂ ਜਾ ਪਾ ਰਹੇ ਫਿਰ ਹੋ ਸਕਦਾ ਤੁਸੀਂ ਦੂਸਰੇ ਕਾਲੇ ਤੋਂ ਗਾਓ ਹਾਈ ਪਿੱਚ 'ਤੇ ਜ਼ਿਆਦਾ ਜੇ ਆਵਾਜ਼ ਅੱਛੀ ਲੱਗਦੀ ਹੈ ਮੈਂ ਇਹ ਜੈਂਟਸ ਲਈ ਬੱਚਿਆਂ ਲਈ ਨੌਜਵਾਨਾਂ ਲਈ ਕਹਿ ਰਿਹਾ ਬੱਚੀਆਂ ਜ਼ਿਆਦਾਤਰ ਪੰਜਵਾਂ ਕਾਲਾ ਲੇਡੀਜ਼ ਦਾ ਸਕੇਲ ਹੈ ਚੌਥਾ ਕਾਲਾ ਇਹ ਵੀ ਹੈ ਨਹੀਂ ਜਦੋਂ ਸੈੱਟ ਬੈਠਦਾ ਚੌਥਾ ਜ਼ਿਆਦਾ ਨੀਵਾਂ ਲੱਗ ਰਿਹਾ ਪੰਜਵਾਂ ਜ਼ਿਆਦਾ ਉੱਚਾ ਲੱਗ ਰਿਹਾ ਫਿਰ ਅਸੀਂ ਵਿਚਕਾਰ ਆ ਜਾਂਦੇ ਹਾਂ ਸਾਢੇ ਚਾਰ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਛੇਵਾਂ ਸਫੇਦ ਉੱਥੋਂ ਗਾ ਸਕਦੇ ਹੋ ਸੋ ਇਹ ਇਟ ਇਜ਼ ਜਸਟ ਅ ਮੈਟਰ ਆਫ ਕਨਵੀਨੀਅੰਸ ਕਿ ਕਿੱਥੇ ਮੇਰੀ ਆਵਾਜ਼ ਕਿੱਥੇ ਸਾਥ ਦਿੰਦੀ ਹੈ ਜ਼ਿਆਦਾ ਕੋਈ ਰੂਲ ਨਹੀਂ ਹੈ ਕਿ ਤੁਸੀਂ ਨਹੀਂ ਜੀ ਪਹਿਲੇ ਕਾਲੇ 'ਤੇ ਹੀ ਗਾਣਾ ਸਾਰਿਆਂ ਨੇ ਹੁਣ ਕਿਸੇ ਦੀ ਆਵਾਜ਼ ਨਹੀਂ ਉੱਪਰ ਜਾਂਦੀ ਉਹ ਪਹਿਲੇ ਸਫੇਦ ਤੋਂ ਸੀ ਤੋਂ ਗਾਵੇ ਸਾ ਰੇ ਗਾ ਮਾ ਪਾ ਧਾ ਨੀ ਸਾ ਜਿੱਥੇ ਵੀ ਜਾ ਰਹੀ ਹੈ ਇਸੇ ਤਰ੍ਹਾਂ ਤੁਹਾਡੀ ਗੱਲ ਕਰ ਰਹੇ ਹਾਂ ਸੋ ਮੰਦਰ 'ਚ ਜਿੱਥੇ ਤੱਕ ਪਾ ਤੱਕ ਮਾਂ ਤੱਕ ਆਵਾਜ਼ ਜਾਂਦੀ ਹੈ ਉਹ ਲੈ ਕੇ ਜਾਣੀ ਹੈ ਉਸ ਤੋਂ ਬਾਅਦ ਸਾਹ ਵੱਲ ਫਿਰ ਮੁੜਨਾ ਫਿਰ ਨੀਵਾਂ ਜਾਣਾ ਫਿਰ ਸਾਹ ਵੱਲ ਮੁੜਨਾ ਸੋ ਇਹ ਕਰਦੇ ਹੀ ਰਹਿਣਾ ਇਸ ਤੋਂ ਬਾਅਦ ਲੈ ਬੰਨ ਲਈਦੀ ਹੈ ਸਾ ਚਾਹੇ ਪਾ ਤੱਕ ਕਰ ਲਓ ਮਾਂ ਤੱਕ ਕਰ ਲਓ ਜਿੱਥੇ ਤੱਕ ਆਵਾਜ਼ ਆ ਰਹੀ ਹੈ ਕਰੀ ਜਾਵਾਂਗੇ ਜਿੰਨਾ ਧਿਆਨ ਲਵਾਂਗੇ ਟਾਈਮ ਲਗਾਵਾਂਗੇ ਉਹਨਾਂ ਫਾਇਦਾ ਹੋਏਗਾ ਇਹਦੇ ਦੁਗੁਣ ਸਾ ਇਹਦੀ ਵੀ ਦੁਗੁਣ ਡਬਲ ਸਾ ਨੀ ਧਾ ਪਾ ਪਾ ਧਾ ਨੀ ਸਾ ਨੀ ਧਾ ਪਾ ਪਾ ਧਾ ਨੀ ਸਾ ਆਕਾਰ ਧਿਆਨ ਦੇਣ ਦੀ ਗੱਲ ਹੈ
ਕਿ ਜੋ ਵੀ ਸਰਗਮ 'ਚ ਗਾਣਾ ਹੈ, ਸੁਰਾਂ 'ਚ ਗਾਣਾ, ਉਹਨੂੰ ਆਕਾਰ 'ਚ ਜ਼ਰੂਰ ਗਾਣਾ। ਅਕਸਰ ਹੁੰਦਾ ਅਸੀਂ ਸੁਰ ਗਾਉਂਦੇ ਰਹਿੰਦੇ ਹਾਂ, ਆਕਾਰ ਵੇਲੇ ਨਹੀਂ ਜੀ ਮੈਨੂੰ ਆਕਾਰ ਆਉਂਦਾ ਨਹੀਂ, ਹਲੇ ਹੋ ਨਹੀਂ ਰਿਹਾ। ਹੋਏਗਾ ਕਿਵੇਂ, ਕਦੋਂ ਹੋਏਗਾ? ਕਰਨ ਨਾਲ ਹੀ ਹੋਏਗਾ ਨਾ। ਸੋ ਅਭਿਆਸ ਕਰ ਰਿਹਾ, ਰਿਆਜ਼ ਕਰ ਰਿਹਾ, ਕਰਦੇ ਜਾਣਾ। ਹੁਣ ਵੇਖਣ ਸੁਣਨ ਨੂੰ ਲੱਗਦਾ ਵੀ ਇਹ ਤਾਂ ਬੜਾ ਸੌਖਾ ਜਿਹਾ, ਇਹ ਤਾਂ ਸਾਰੇ ਕਰਦੇ ਆ, ਪਰ ਇਹੀ ਤਾਂ ਧਿਆਨ ਨਾਲ ਨਹੀਂ ਕਰਦੇ। ਉਦੋਂ ਹੁੰਦਾ ਕਿ ਚਲੋ ਬਸ ਬਹੁਤ ਹੋ ਗਿਆ, ਠੀਕ ਹੈ ਜੀ, ਹੁਣ ਆਪਾਂ ਕੰਪੋਜੀਸ਼ਨ ਗਾ ਲਈਏ, ਕੁਛ ਸ਼ਬਦ ਪੜ੍ਹ ਲਈਏ, ਰੋ ਰੋ ਗਾ ਲਈਏ, ਚਾਰ ਤਾਨਾ ਮਾਰ ਲਈਏ। ਪਰ ਜ਼ਰੂਰਤ ਇਹੀ ਹੈ ਕਿ ਸੁਰ ਦੇ ਵਿੱਚ ਮਿਲ ਕੇ ਰਮ ਕੇ ਇਸ ਤਰ੍ਹਾਂ ਰਿਆਜ਼ ਕਰਨਾ। ਇਸ ਤੋਂ ਬਾਅਦ ਹੋਰ ਤੇਜ਼, ਸਾਨੇ ਦਾ ਪਾਪਾ ਧਨੀ ਸਾ, ਸਾਨੇ ਦਾ ਪਾਪਾ ਧਨੀ ਸਾ, ਸਾਨੇ ਦਾ ਪਾਪਾ ਧਨੀ ਸਾ, ਜੇ ਲੱਗੇ ਕਿ ਮੇਰਾ ਸੁਰ ਆਕਾਰ 'ਚ ਵਿਗੜ ਰਿਹਾ, ਆਕਾਰ ਕਾਬੂ 'ਚ ਨਹੀਂ ਆ ਰਿਹਾ, ਦੁਬਾਰਾ ਸਰਗਮ ਕਰੋ, ਫਿਰ ਸਰਗਮ ਵਾਲਾ ਜੋ ਸਾਨੀ ਦਾ ਪਾਪਾ ਧਨੀ ਸਾ, ਸਾਨੀ ਦਾ ਪਾਪਾ ਧਨੀ ਆ, ਅਕਸਰ ਹੁੰਦਾ ਸਰਗਮ ਹੋ ਜਾਂਦੀ ਹੈ। ਇਹ ਤਾਂ ਸਿੰਪਲ ਕਰ ਰਿਹਾ ਨਾ, ਕੋਈ ਅਲੰਕਾਰ ਗਾਵਾਂਗੇ, ਕੋਈ ਟੇਢਾ ਪੈਟਰਨ ਲਵਾਂਗੇ ਤਾਂ ਆਕਾਰ 'ਚ ਨਹੀਂ ਆਉਂਦਾ। ਸੋ ਹੋਰ ਕੋਈ ਢੰਗ ਨਹੀਂ ਹੈ, ਦੇਰ ਇਜ਼ ਨੋ ਸ਼ੋਰਟਕੱਟ ਇਨ ਮਿਊਜ਼ਿਕ। ਅਤੇ ਕਰੋ ਉਹਨੂੰ, ਦੁਬਾਰਾ ਕਰੋ, ਫਿਰ ਤੋਂ ਸ਼ੁਰੂ ਹੋ ਜਾਓ। ਸਾਨੀ ਦਾ ਪਾਪਾ ਧਨੀ ਸਾ, ਸਾਨੀ ਦਾ ਪਾਪਾ ਧਨੀ ਸਾ, ਸਾਨੀ ਦਾ ਪਾਪਾ ਧਨੀ ਆ, ਹੋਰ ਤੇਜ਼, ਸਾਨੀ ਦਾ ਪਾਪਾ ਧਨੀ ਸਾ, 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 ਸਾਨੀ ਦਾ ਪਾਪਾ, ਸਾਨੀ ਦਾ ਪਾਪਾ ਧਨੀ ਸਾ, ਸਾਨੀ ਦਾ ਪਾਪਾ ਧਨੀ ਸਾ, ਆਕਾਰ ਦਾਣੇ ਸਾਫ ਆਉਣੇ ਚਾਹੀਦੇ ਆਕਾਰ 'ਚ। ਦੇਖੋ ਇੱਕ ਹੈ, ਇਹ ਨਹੀਂ ਚਾਹੀਦਾ, ਕੀ ਚਾਹੀਦਾ? ਬਹੁਤ ਜ਼ਿਆਦਾ ਗਮਕ ਨਾ ਵੀ ਆਵੇ, ਗਮਕ ਯਾਨੀ ਬਹੁਤ ਜ਼ੋਰ, ਪਰ ਦਾਣੇ ਸਾਫ ਹੋਣ, ਕਲੀਅਰ ਹੋਣ, ਕ੍ਰਿਸਟਲ ਕਲੀਅਰ। ਠੀਕ ਹੈ, ਸਾਨੀ ਦਾ ਬਾਬਾ ਧਨੀ ਸਾ, 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 ਲਓ ਸ਼ਾਬਾਸ਼। ਸਾਨੀ ਦਾ ਬਾਬਾ ਧਨੀ ਸਾ, ਸਾਨੀ ਦਾ ਬਾਬਾ, ਸਾਨੀ ਦਾ ਬਾਬਾ ਧਨੀ ਸਾ, ਸਾਨੀ ਦਾ ਬਾਬਾ ਧਨੀ ਸਾ, ਸਾਨੀ ਦਾ ਬਾਬਾ ਧਾ। ਹੁਣ ਅਸੀਂ ਕੀ ਕਰਦੇ ਜਾ ਰਹੇ ਹਾਂ, ਲੈ ਜਿਹੜੀ ਆ ਅੱਧੀ ਕਰਦੇ ਜਾ ਰਹੇ ਹਾਂ, ਪਹਿਲਾਂ ਅਸੀਂ ਦੁੱਗਣੀ ਕਰਦੇ ਜਾ ਰਹੇ ਸੀ, ਹੁਣ ਹਾਫ ਕਰਦੇ ਜਾ ਰਹੇ ਹਾਂ। ਸੋ ਹੁਣ ਕੀ ਕਰੋ, ਸਮ ਤੋਂ ਸਾਨੀ ਦਾ ਬਾਬਾ, ਇਹਦੀ ਡਬਲ ਕਰੋ, ਇਹਦੀ ਦੁਗਣ ਨੂੰ ਐਗਜੈਕਟ, ਸਾਨੀ ਦਾ ਬਾਬਾ ਧਨੀ ਸਾ, ਹੁਣ ਇਹਦੀ ਵੀ ਡਬਲ, ਸਾਨੀ ਦਾ ਪਾਪਾ ਧਨੀ ਸਾ, ਸਾਨੀ ਦਾ ਪਾਪਾ ਧਨੀ ਸਾ, ਸਾਨੀ ਦਾ ਪਾਪਾ, ਇਹਦੀ ਵੀ ਡਬਲ, ਸਾਨੀ ਦਾ ਬਾਬਾ ਧਨੀ ਸਾ, 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 ਸਾ ਸਾਨੀ ਦਾ ਬਾਬਾ ਧਨੀ ਸਾ, ਸਾ ਸਾਨੀ ਦਾ ਬਾਬਾ ਧਨੀ ਸਾ, ਸਾ। ਸੋ ਥੋੜ੍ਹੇ ਜਿਹੇ ਸਮੇਂ 'ਚ ਮੈਂ ਕੋਸ਼ਿਸ਼ ਕੀਤੀ ਹੈ, ਇਹੀ ਚੀਜ਼ ਅਸੀਂ ਫਿਰ ਮੱਧ ਸਪਤਕ 'ਚ ਕਰਨੀ ਹੈ, ਸਾ ਤੋਂ ਰੇ, ਰੇ ਤੋਂ ਸਾ, ਸਾ ਰੇ ਗਾ, ਗਾ ਰੇ ਸਾ, ਕਿਉਂਕਿ ਸਮਾਂ ਸਾਡਾ ਅੱਧਾ ਹੋ ਗਿਆ ਕਲਾਸ ਦਾ, ਅਸੀਂ ਸ਼ਬਦ ਵੀ ਕਰਨਾ। ਸੋ ਇਹਦੇ ਵਿੱਚ ਫਿਰ ਅਲੰਕਾਰ ਕਰੋ, ਸਰਗਮਾਂ ਜਿਹੜੀਆਂ ਵੀ ਪ੍ਰਿੰਸੀਪਲ ਸਾਹਿਬ ਨੇ ਬਹੁਤ ਹੀ ਪਿਆਰੀ ਪੁਸਤਕ ਤਿਆਰ ਕੀਤੀ ਹੈ ਸੁਰ ਅਭਿਆਸ ਲਈ ਅਲੰਕਾਰ। ਸੋ ਜ਼ਰੂਰ ਸਾਰੇ ਲੈ ਕੇ ਜਾਓ, ਉਹਦੇ ਵਿੱਚ ਅਲੰਕਾਰ ਨੇ ਬਹੁਤ ਸਾਰੇ, ਠੀਕ ਹੈ। ਸੋ ਦੇਖੋ, ਅਲੰਕਾਰਾਂ ਬਿਨਾਂ ਸੰਗੀਤ ਨਹੀਂ ਆਉਂਦਾ, ਅਲੰਕਾਰ ਦੀ ਬੜੀ ਇੰਪੋਰਟੈਂਸ ਹੈ।
ਸਰਗਮਾ ਕਰਨਾ, ਪਲਟੇ ਕਰਨਾ, ਪੰਡਿਤ ਅਜੋਏ ਚੱਕਰਵਰਤੀ, ਪੰਡਿਤ ਵੈਂਕਟੇਸ਼ ਕੁਮਾਰ, ਇਹ ਕੌਸ਼ਿਕੀ ਜੀ ਸਾਰੇ ਸੁਣਦੇ ਆ, ਉਹਨਾਂ ਨੂੰ ਸੁਣਦੇ ਹੋ ਨਾ ਰੋਜ਼? ਰੋਜ਼ ਨਹੀਂ ਤਾਂ ਚਲੋ ਜਦੋਂ ਵੀ, ਅਤੇ ਸਾਰੇ ਉਹ ਪਲਟਿਆਂ ਨਾਲ, ਅਲੰਕਾਰਾਂ ਨਾਲ ਔਰ ਤਾਨਪੁਰੇ ਨਾਲ ਰਿਆਜ਼ ਕਰ ਕਰਕੇ ਇਹਨਾਂ ਚੀਜ਼ਾਂ ਦਾ ਬਣੇ ਨੇ, ਕਿਉਂਕਿ ਉਹਦੇ ਨਾਲ ਸਾਡਾ ਮਨ, ਗਲਾ, ਕੰਨ ਸਾਰਾ ਐਸੀ ਸਿੰਕਰੋਨਾਈਜੇਸ਼ਨ ਬਣ ਜਾਂਦੀ ਹੈ ਅਤੇ ਫਿਰ ਕੋਈ ਭੁਲੇਖਾ ਨਹੀਂ ਹੁੰਦਾ, ਕੋਈ ਦਿੱਕਤ ਨਹੀਂ ਆਉਂਦੀ, ਕੋਈ ਦੂਜੀ ਦਿਲ 'ਚ ਨਹੀਂ ਅਸੀਂ ਆਉਂਦੇ। ਰਾਗ ਤੁਖਾਰੀ ਕਿਹੜੇ ਕਿਹੜੇ ਸੁਰ ਲੱਗਦੇ ਨੇ ਇਹਦੇ 'ਚ? ਗਾ ਕੋਮਲ, ਮਾਂ ਤੇਵਰ, ਨਿਸ਼ਾਦ, ਦੋਵੇਂ, ਠੀਕ ਹੈ। ਆਰੋਹ ਵਿੱਚ ਰੇ ਅਤੇ ਧਾ ਲੱਗਦੇ ਨਹੀਂ, ਵਰਜਿਤ। ਸਾ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇੱਕ ਰਾਗ ਹੈ ਮਧੂਬੰਤੀ, ਉਹਦੇ ਨਾਲ ਕਾਫੀ ਮਿਲਦਾ ਹੈ ਤੁਖਾਰੀ, ਪਰ ਤੁਖਾਰੀ ਕੇਵਲ ਗੁਰਮਤ ਸੰਗੀਤ 'ਚ ਹੈ। ਤੁਖਾਰੀ ਹੋਰ ਹਿੰਦੁਸਤਾਨ ਭਰ 'ਚ ਕਿਤੇ ਵੀ ਦੇਸ਼ ਵਿਦੇਸ਼ 'ਚ ਕੋਈ ਨਹੀਂ ਗਾਉਂਦਾ, ਸਿਰਫ ਗੁਰੂ ਘਰ 'ਚ ਗਾਇਆ ਜਾਂਦਾ। ਸੋ ਮਧੂਬੰਤੀ ਵਿੱਚ ਜਦੋਂ ਅਸੀਂ ਕੋਮਲ ਨੀਂਦ ਦਾ ਵੀ ਪ੍ਰਯੋਗ ਕਰ ਲੈਂਦੇ, ਇੱਕ ਸਵਰ ਸੰਗਤੀ ਐਡ ਹੋ ਜਾਂਦੀ ਹੈ ਤਾਂ ਤੁਖਾਰੇ ਬਣਦਾ। ਪੁਰਾਣੀਆਂ ਬੰਦਿਸ਼ਾਂ 'ਚ ਕਿਤੇ ਕਿਤੇ ਸ਼ੁੱਧ ਮਾਂ ਵੀ ਨਜ਼ਰ ਆਉਂਦਾ, ਪੁਰਾਤਨ ਕੀਰਤਨੀ ਹੈ ਭਾਈ ਹਰੀ ਸਿੰਘ ਜੀ, ਈਵਨ ਰਾਗੀ ਭਾਈ ਬਲਬੀਰ ਸਿੰਘ ਜੀ, ਮੇਰੀ ਗੱਲ ਹੋ ਰਹੀ ਸੀ ਭਾਈ ਬਲਦੀਪ ਸਿੰਘ ਨਾਲ, ਉਹਨਾਂ ਦੇ ਵੀ ਜਿਹੜੇ ਭਾਈ ਅਵਤਾਰ ਸਿੰਘ, ਗੁਰਚਰਨ ਸਿੰਘ ਜੀ, ਉਹਨਾਂ ਦੀਆਂ ਬੰਦਿਸ਼ਾਂ 'ਚ ਵੇਖੋਗੇ ਤਾਂ ਇਸ ਤਰ੍ਹਾਂ ਵੀ ਲੈਂਦੇ ਸੀ। ਪ੍ਰੋਫੈਸਰ ਤਾਰਾ ਸਿੰਘ ਜੀ ਨੇ ਜਦੋਂ ਸਾਨੂੰ ਸਿਖਾਇਆ, ਉਹਨਾਂ ਨੇ ਵੀ ਕੁਝ ਸ਼ਬਦਾਂ 'ਚ ਇਸ ਤਰ੍ਹਾਂ ਦਾ ਅੰਗ ਲਗਵਾਇਆ ਸੀ, ਪਰ ਹੌਲੀ 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 ਉਹ ਹੁਣ ਖਤਮ ਹੋ ਗਿਆ, ਅੱਜ ਕੱਲ੍ਹ ਨਹੀਂ ਗਾਉਂਦੇ ਇਸ ਤਰ੍ਹਾਂ। ਸੋ ਜੇ ਕੋਈ ਗਾਵੇ, ਆਪਾਂ ਇਹ ਨਹੀਂ ਕਹਿਣਾ ਇਹ ਗਲਤ ਗਾ ਰਹੇ ਨੇ। ਸੋ ਵਿੱਦਿਆ ਦਾ ਅਰਥ ਇਹੀ ਹੁੰਦਾ ਕਿ ਦਿਮਾਗ, ਅੱਖਾਂ ਖੋਲ੍ਹਣਾ, ਇਹ ਨਹੀਂ ਕਹਿ ਦੇਣਾ ਨਹੀਂ ਜੀ ਇਹ ਤਾਂ ਸਾਨੂੰ ਸਾਡੇ ਉਸਤਾਦ ਨੇ ਕਿਉਂਕਿ ਨਹੀਂ ਸਿਖਾਇਆ ਤਾਂ ਇਹ ਗਲਤ ਹੈ। ਸੋ ਇਸ ਤਰ੍ਹਾਂ ਜੇ ਸਾਡੇ ਪੁਰਖੇ, ਸਾਡੇ ਪੁਰਾਣੇ ਰਾਗੀ ਗਾਉਂਦੇ ਰਹੇ ਨੇ ਤਾਂ ਸ਼ਾਇਦ ਅਸੀਂ ਗਲਤ ਹਾਂ, ਅਸੀਂ ਉਹ ਛੱਡਤਾ ਹੌਲੀ ਹੌਲੀ। ਛੱਡ ਕਿਵੇਂ ਦਿੱਤਾ? ਸਾਰਾ ਕੁਝ ਤਬਦੀਲ ਹੁੰਦਾ, ਚੇਂਜ ਇਜ਼ ਦਾ ਲਾਅ ਆਫ ਨੇਚਰ, ਤਬਦੀਲੀ ਆਉਂਦੀ ਹੈ 15-20 ਸਾਲ 'ਚ ਨਹੀਂ, 50 ਸਾਲ 'ਚ, 100 'ਚ, 150 'ਚ, 200 'ਚ, ਅਤੇ ਹੁਣ ਤਾਂ ਸੁੱਖ ਨਾਲ 500 ਸਾਲ ਹੋ ਚੱਲੇ ਨੇ, ਹੋ ਚੁੱਕੇ ਨੇ, 550 ਸਾਲ ਹੋ ਗਏ ਨੇ, ਤਾਂ ਉਸ ਤਬਦੀਲੀਆਂ ਆਉਂਦੀਆਂ ਨੇ। ਪਰ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜੋ ਓਰੀਜਨਲ ਹੈ, ਜੋ ਮੂਲ ਹੈ, ਉਹਨੂੰ ਅਸੀਂ ਵਿਸਾਰੀਏ ਨਾ, ਉਹਨੂੰ ਭੁੱਲੀਏ ਨਾ। ਸੋ ਤੁਖਾਰੇ ਵਿੱਚ ਸਾਗਾ ਮਾਪਾ ਵੀ ਠੀਕ ਹੈ, ਪਰ ਜ਼ਿਆਦਾਤਰ ਇਹਦਾ ਉਠਾਨ ਨਿਸ਼ਾਦ ਤੋਂ ਚੁੱਕਿਆ ਜਾਂਦਾ, ਨੀਸਾ ਗਾ ਮਾਪਾ। ਸਾਰੇ ਗਾਓ ਜੀ, ਨੀ ਸਾ। ਦਿਲਰੁਬਾ ਦੀ ਆਵਾਜ਼ ਆ ਰਹੀ ਹੈ, ਥੋੜ੍ਹੀ ਵਧਾ ਦਿਓ ਦਿਲਰੁਬਾ। ਨੀ ਸਾ ਕਰਨ ਨੂੰ ਤਾਂ ਨੀ ਸਾ ਗਾ ਮਾ ਪਾ, ਪਰ ਗਾ ਨੂੰ ਅਕਸਰ ਤੀਵਰ ਮਾ ਦੇ ਕੰਨ ਨਾਲ ਲੈ ਜਾਂਦਾ। ਗਾ ਨੀ ਸਾ ਗਾ ਮਾ, ਸਵਾਲ ਪੜ੍ਹਦੇ ਹੋ ਨਾ, ਇੱਕ ਕਰੈਕਟ ਇੰਟੋਨੇਸ਼ਨ ਆਫ ਸਵਰਾਜ, ਕਰੈਕਟ ਇੰਟੋਨੇਸ਼ਨ ਆਫ ਸਵਰ, ਉਹ ਇਹੀ ਹੁੰਦਾ ਕਿ ਇਸ ਰਾਗ 'ਚ ਗਾ ਲੱਗੇਗਾ ਕੋਮਲ ਤਾਂ ਐਵੇਂ ਲੱਗੇਗਾ, ਟੋਡੀ 'ਚ ਕੋਮਲ ਗਾ ਲੱਗੇਗਾ ਤਾਂ ਐਵੇਂ ਲੱਗੇਗਾ, ਗੁਜਰੀ 'ਚ ਲੱਗੇਗਾ ਤਾਂ ਇਸ ਤਰ੍ਹਾਂ ਲੱਗੇਗਾ। ਸੋ ਜਦੋਂ ਤੁਖਾਰੇ 'ਚ ਕੋਮਲ ਗਾ ਲੈਣਾ, ਗਾ ਮਗਾ ਗਾ, ਉਹ ਆਪੇ ਪਤਾ ਲੱਗ ਜਾਏਗਾ ਕਿ ਅੱਛਾ ਹਾਲੇ ਤੁਸੀਂ ਨੀ ਸਾ ਗਾ ਸਾ,
ਕਹੋਗੇ ਤਾਂ ਜਿਹੜੇ ਸਮਝਦਾਰ ਸਰੋਤੇ ਨੇ ਉਹ ਜਾਣ ਜਾਣਗੇ ਕਿ ਅੱਛਾ ਇਹ ਤੁਖਾਰੀ ਜਾਂ ਮਧੁਵੰਤੀ ਗਾ ਰਹੇ ਨੇ ਅਤੇ ਨੇ ਪਤਾ ਨਹੀਂ ਲੱਗੇਗਾ ਕੀ ਹੈ। ਸੋ ਇਹਨਾਂ ਗੱਲਾਂ ਵੱਲ ਵੀ ਧਿਆਨ ਦੇਈਏ ਜ਼ਰੂਰ। ਇਹ ਖੂਬਸੂਰਤੀ ਵਧਾਉਂਦੇ ਨੇ, ਰਾਗ ਨੂੰ ਹੋਰ ਰੰਜਕ ਬਣਾਉਂਦੇ ਨੇ। ਕਣ, ਖਟਕੇ, ਛੋਟੀਆਂ ਛੋਟੀਆਂ ਮੁਰਕੀਆਂ, ਮੀਂਡ, ਗਮਕ, ਇਹਦੇ 'ਤੇ ਵੀ ਕਦੇ ਜ਼ਰੂਰ ਅਲੱਗ ਤੋਂ ਗੱਲ ਕਰਾਂਗੇ, ਜੇ ਹੋ ਸਕਿਆ ਕੱਲ੍ਹ ਸਵੇਰੇ ਕਰਾਂਗੇ। ਸਵੇਰੇ ਵੀ 10 ਨੂੰ ਹੁਕਮ ਹੈ, ਇੱਕ ਹੋਰ ਕਲਾਸ ਲੈਣੀ ਹੈ, ਉਦੋਂ ਅਸੀਂ ਕਣ, ਖਟਕਾ, ਮੀਂਡ, ਗਮਕ ਇਹਨਾਂ 'ਤੇ ਚਰਚਾ ਕਰਾਂਗੇ। ਨੇ ਸਾ ਗਾ ਕਿਹੜਾ ਸੁਰ ਵਰਜਿਤ ਹੋ ਗਿਆ? ਰੇ। ਰਿਸ਼ਭ ਅਸੀਂ ਨਹੀਂ ਲਿਆ, ਆਰੋਚ ਰੇ ਤੇ ਧਾ ਵਰਜਿਤ, ਅਵਰੋਹ ਸੰਪੂਰਨ। ਗ ਮਾ ਪ ਜੇ ਮਧੂਬੰਤੀ ਹੋਵੇ ਤਾਂ ਬਸ ਮਾਂਗਾ ਰੇਸਾ ਨਾਲ ਸਮਾਪਤੀ ਹੋ ਜਾਂਦੀ ਹੈ, ਪਰ ਜੇ ਤੁਖਾਰੀ ਹੈ ਤਾਂ ਕੀ ਹੋਏਗਾ? ਧਾਨੇ ਧਾ ਹੁਣ ਕੋਮਲ ਨਹੀਂ ਨਾਲ ਧਾਨੇ ਧਾ ਦੁਬਾਰਾ ਅਬਰੋ ਲੈਣ ਦਾ ਵੀ ਅਲੱਗ ਅੰਦਾਜ਼ ਹੈ। ਗਾ ਰੇ ਵੀ ਠੀਕ ਹੈ, ਪਰ ਗਾ ਰੇ ਸਾ ਰੇ ਇਸ ਤਰ੍ਹਾਂ ਲੈਂਦੇ ਨੇ। ਮਾ ਗਾ ਰੇ ਸਗਾ ਮਾ ਬਨੇ ਸਗਾ ਮਾ ਬਨੇ ਸਗਾ
अंग 1117 ते पंचम पातशाह दा फुरमान है नेर गुण राख लिया नेर गुण राख लिया राख लिया राख लिया नेर गुण राख निर्गुण राख लिया राख लिया निर्गुण थोड़ा मेरा बेस दे थोड़ा जा थोड़ा बेस मेरा निर्गुण राख लिया संतन का सदका निर्गुण राख लिया निर्गुण राख लिया संतन का सदका सारे ने ससा गामा पा पापा धापा मापा गामा पा धनी पदा पामा पा संतन का सदका सतगुर टाक लिया सतगुर टाक सतगुर टाक लिया मोहे पापी पड़दा मोहे पापी पड़दा पानी सागर सा मोहे निसर सदा पा हाँ निसर स निधा पा उधानु नीदा कण आएगा या आएगा साधा नहीं होएगा साधा दा माँ कण रूप च नहीं लगेगा ही लगेगा मोहे 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 पापी पापी मोहे पापी धप म प ग म प ध नि प ध प म प धप म प ग म प ध नि प ध प म प पड़दा निर्गुण राख लिया निर्गुण राख लिया संतन का सदका पड़दा
राख लिया नेर गुण राख ले राख लिया नेर गुण राख लिया अंतरा एक बार स्थाई दोबारा करो फिर अंतरा नेर गुण राख लिया नेर गुण राख लिया संतन का सदका ਟੇਢੇ ਸੁਰ ਨੇ ਪਰ ਇੰਨੇ ਵੀ ਔਖੇ ਨਹੀਂ ਜ਼ਰਾ ਧਿਆਨ ਦਿਓ ਹੁਣੇ ਹੋ ਜਾਏਗਾ ਇਹ ਸਾਡੇ ਉਸਤਾਦ ਪ੍ਰੋਫੈਸਰ ਤਾਰਾ ਸਿੰਘ ਜੀ ਦੀ ਸੁਰਚਨਾ ਹੈ ਉਹਨਾਂ ਨੇ ਬਣਾਈ ਸੀ ਕੰਪੋਜੀਸ਼ਨ ਮੋਹੇ ਪਾਪੇ ਪੜਦਾ ਮੋਹੇ ਪਾਪੇ ਪੜਦਾ ਅੱਗੇ ਵਧੀਆ ਢਾਕਣ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਨ ਸੁਖ ਦਾਤੇ ਢਾਕਣ ਹਾਰੇ ਪ੍ਰਭੂ ਹਮਾਰੇ ਗਾਵਾਂ ਬਣੀ ਨੇਸਾ ਗਾਵਾਂ ਗਰੇ ਨਲੇ ਸਗਮ ਪਮ ਪਟਾਕਨ ਹਾਰੇ ਪ੍ਰਭੂ ਹਮਾਰੇ ਟਾਕਨ ਹਾਰੇ ਟਾਕਨ ਹਾਰੇ ਦਾਤੇ ਜੀ ਪ੍ਰਾਨ ਸੁਖ ਦਾਤੇ ਟਾਕਨ ਹਾਰੇ ਪ੍ਰਭੂ ਹਮਾਰੇ ਟਾਕਨ ਹਾਰੇ ਪ੍ਰਭੂ ਹਮਾਰੇ ਟਾਕਨ ਹਾਰੇ ਜੀ ਪ੍ਰਾਨ ਸੁਖ ਦਾਤੇ ਜੀ ਪ੍ਰਾਨ ਸੁਖ ਦਾਤੇ ਅਬਨਾਸੀ ਅਵਗਤ ਸੁਆਮੀ ਅਬਨਾਸੀ ਅਵਗਤ ਸੁਆਮੀ ਪੂਰਨ ਪੁਰਖ ਬਿਧਾਤੇ ਪੂਰਨ ਪੁਰਖ ਬਿਧਾਤੇ ਨਿਸਗਮ ਪਨਿਸਗਾ ਨਿਸ ਨਿਸ ਰਿ ਸ ਨਿ ਦ ਪ ਮ ਗ ਰਿ ਸ
पूरन पुरख विधाते निर्गुण राख लिया, निर्गुण राख लिया। ताकन हारे प्रभु हमारे, ताकन सारे जपो जी, ताकन हारे प्रभु हमारे, ताकन हारे प्रभु हमारे, जे प्राण सुखदाते, जी प्राण 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 सुख दाते, जी प्राण सुख दाते, अब नासे अब गत स्वामी, अब नासे अब गत स्वामी, पूरन पुरख विधाते, पूरन पुरख विधाते, पूरन पुरख, पूरन पुरख निसंगम पानीसा, पूरन पुरख, पूरन पुरख विधाते, निसंगम पानीसा, गार सने सरे सने धपम पम गरसा, पूरन पुरख विधाते, निर्गुण राख लिया, निर्गुण राख लिया। अगला अंतरा, उस्तत कहना जाए तुम्हारी, उस्तत कहना जाए, उस्तत कहन न जाए तुम्हारी, 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 उस्तत कहन न जाए, कौन कहे कौन कहे तू कद का, नानक दास आके बलिहारी, नानक दास आके बलिहारी, नानक दास आके बलिहारी, नानक दास ताके बले हारी। प्रसाद प्रसाद तारा सिंह जी शुद्ध माता भी प्रयोग करते से, पुरातन कीर्तनीय कई करते हैं भाई साहब भी। सो इस तरह दास ने पहला बेनती की, ये भी रहा है कितना कितने अंग, नानक दास ताके बले हारी, नानक दास ताके बलिहारी, नानक दास ताके बलिहारी, नानक बलिहारी, मिले नाम हर निम का, मिले नाम हर निम का, हर निम का,
संतन का सदका सतगुर टाक लिया मोहे पापी पड़दा सतगुर टाक लिया सतगुर टाक लिया सतगुर टाक ओए पापी पड़दा तेरे गुण राख लिया इधरों आवाज ज्यादा आती है इधरों घट आती है इधरों ज्यादा आना चाहिए हाँ जी एक बार दोबारा तेरे गुण राख लिया वाहेगुरु हूँ ठीक है तेरे गुण निर्गुण राख लिया निर्गुण राख लिया निर्गुण राख लिया निर्गुण राख लिया मोहे पापी पड़दा मोहे पापी पड़दा निर्गुण राख लिया निसा गा मा पा पनी सा गा मा पा मा पनी सा गा मा पा गा मा पा ता मा पा ना नी ना पा ता पा मा पा मा गा मा गा ले सा निर्गुण निसा गा मा पा निसा ने दा बा मा रे सा निर्गुण राख लिया पानी सा मा पानी गा मा पा ता पा मा गा निर्गुण राख लिया निर्गुण राख लिया निर्गुण राख लिया मोहे सतगुरु सतगुरु राग लिया सतगुरु राग लिया सतगुरु राग लिया मोहे पापी पड़दा सतगुर टाक लिया निर्गुण 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 टाक लिया संतन का संतन का सदका संतन का सदका सारे कंपोजिशन ये जड़ा ये वाला पोर्शन है ते अनाल करना सारे ने सा सा गा मा पा 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 ता पा मा पा गा मा पा ता नी पा ता पा मा पा ता पा मा पा गा मा पा ता नी पा ता पा मा पा ता पा मा पा गा मा पा ता नी पा ता पा ता पा मा पा ता पा मा पा ता पा मा पा गा मा पा ता नी पा ता पा मा पा ni pada pa ma pa ni pada pa ma pa ni pada na 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 ni pada pa ma pa ni pada pa ma pa ni pada pa ma pa
सा रे रे सा सा गा मा पा 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 गा मा मा पा गा मा पा दा नी पा दा पा मा पा सा रे रे सा सा गा मा पा 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 गा पा मा पा गा मा पा दा संतन का सदका संतन का सदका सतगुर टाक लिया सतगुर टाक लिया मोहे 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 पापी मोहे पापी मोहे पापी पड़दा पामा पा गामा पा धा नी पा धा पामा पा सेम दूसरी तुक च चौथी तुक च ओही सारा कुछ आ रहा है पर वो पहला नीचे उठ रहा सी हुण उपरों मोहे पापी पड़दा मोहे पड़दा तेरे गुणे राख लिया तेरे गुणे राख ले तेरे गुण राख तेरे गुण राख तेरे गुण राख तेरे गुण राख निर्गुण राग लिया निर्गुण राग लिया निर्गुण राग लिया संतन का सदका संतन का सदका निर्गुण राख लिया निर्गुण राख लिया निर्गुण राख लिया राख लिया राख लिया संतन सदका सतगुर सतगुर टाक लिया मोहे पड़दा मोह पापी पड़दा वाहे गुरु जी